ਪਤਾ ਲੱਗਿਆ ਕੁਛ ਸਾਰੇ ਡਿਊਟੀ ਇਹਦੀ ਸੀਗੀ ਜੀ ਬਾਰਡਰ 'ਤੇ ਜੀ LOC ਬਾਰਡਰ 'ਤੇ ਡਿਊਟੀ ਸੀਗੀ ਜੀ ਉੱਥੇ ਇਹਨਾਂ ਦੇ ਬੈਂਕਰ ਦੇ ਉੱਪਰ ਕੋਈ ਗੋਲਾ ਗਾਲਾ ਡਿੱਗਿਆ ਜਿਹੜਾ ਸਪਲੈਂਡਰ ਲੱਗਿਆ ਦੀ ਗਰਦਨ ਦੇ ਵਿੱਚ ਜਿਹੜਾ ਪਤਾ ਲੱਗਿਆ ਸਾਨੂੰ ਅਤੇ ਸ਼ਹੀਦ ਹੋ ਗਿਆ ਕਦੋਂ ਪਤਾ ਲੱਗਾ ਇਸ ਬਾਰੇ ਜੀ ਇਹ ਤਕਰੀਬਨ 11:30-12 ਵਜੇ ਦੇ ਲਗਭਗ ਪਤਾ ਲੱਗਿਆ ਕਿੰਨੀ ਕੁ ਉਮਰ ਸੀ ਉਹਨਾਂ ਦੀ ਤਕਰੀਬਨ 23-24 ਸਾਲ ਦੀ ਉਮਰ ਸੀਗੀ ਜੀ ਕਿੰਨੀ ਦੇਰ ਪਹਿਲਾਂ ਭਰਤੀ ਹੋਏ ਸੀ ਅਤੇ 5 ਸਾਲ ਹੋਏ ਆ 4-5 ਸਾਲ ਦੀ ਉਮਰ ਸ਼ਹੀਦ ਹੋਏ ਨੇ ਸ਼ਹਾਦਤ 'ਤੇ ਮਾਣ ਹੈ ਮਾਣ ਤਾਂ ਹੁੰਦਾ ਹੀ ਹੈ ਜੀ ਦੇਸ਼ ਦੀ ਖਾਤਰ ਅਸੀਂ ਮੈਂ ਵੀ ਫੌਜ 'ਚ ਸੀਗਾ ਜੀ ਅਤੇ ਦੇਸ਼ ਦੀ ਖਾਤਰ ਹੀ ਭਰਤੀ ਹੋਏ ਹਾਂ ਪਹਿਲਾਂ ਦੇਸ਼ ਆ ਉਦੋਂ ਬਾਅਦ 'ਚ ਘਰ ਪਰਿਵਾਰ ਹੁੰਦਾ ਜੀ ਦੱਸਿਆ ਜਾ ਰਿਹਾ ਇਹਨਾਂ ਦੇ ਪਿਤਾ ਜੀ ਵੀ ਪਹਿਲਾਂ ਫੌਜ ਵਿੱਚ ਹਾਂਜੀ ਉਹ ਵੀ ਪਿਤਾ ਜੀ ਵੀ ਫੌਜ ਵਿੱਚ ਸੀਗੇ ਜੀ ਹੋਰ ਵੀ ਪਰਿਵਾਰਕ ਮੈਂਬਰ ਹੈਗੇ ਨੇ ਜੀ ਦੇ ਤਾਇਆ ਜੀ ਉਹ ਵੀ ਫੌਜ 'ਚੋਂ ਸੂਬੇਦਾਰ ਪੈਨਸ਼ਨ ਆਏ ਆ ਮੈਂ ਵੀ ਫੌਜ ਦੇ ਵਿੱਚ ਸੂਬੇਦਾਰ ਪੈਨਸ਼ਨ ਆਏ ਕਿੰਨੇ ਭੈਣ ਭਾਈ ਨੇ ਇਹ 2 ਭਰਾ 1 ਭੈਣ ਸੀ ਜੀ ਇਹਨਾਂ ਦੀ ਕੀ ਇਹ ਵਿਆਹੇ ਹੋਏ ਸੀਗੇ ਨਹੀਂ ਜੀ ਅਨਮੈਰਿਡ ਸੀਗੇ ਭਾਰਤ ਸਰਕਾਰ ਤੋਂ ਕੀ ਮੰਗ ਕਰੋਗੇ ਇਹਨਾਂ ਦੀ ਸ਼ਹਾਦਤ ਨੂੰ ਲੈ ਕੇ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਜਿਹੜੀਆਂ ਨਿੱਤ ਲੜਾਈਆਂ ਇਹ ਕੋਈ ਬੈਠ ਕੇ ਆਪਦਾ ਸਮਝੌਤਾ ਕਰਨ ਪਾਕਿਸਤਾਨ ਦੇ ਨਾਲ ਨਹੀਂ ਤਾਂ ਬਹੁਤ ਜਵਾਨ ਆਪਣੇ ਇੱਦਾਂ ਹੀ ਸ਼ਹੀਦ ਹੁੰਦੇ ਰਹਿਣਗੇ ਅਤੇ ਜਿੰਨਾ ਚਿਰ ਮਿਲੀਟੈਂਸੀ ਜਾਂ ਇਹੋ ਜਿਹਾ ਕੁਛ ਸਾਡੇ ਦੇਸ਼ 'ਚੋਂ ਬੰਦ ਨਹੀਂ ਹੁੰਦਾ ਗਾ ਅਤੇ ਇਹ ਚੀਜ਼ਾਂ ਜਵਾਨ ਸਾਡੇ ਸ਼ਹੀਦ ਹੀ ਹੁੰਦੇ ਰਹਿਣਗੇ ਨਹੀਂ ਤਾਂ ਉਹਨਾਂ 'ਚ